रहे थे हाई टेक, सारी क्वालिटी ऑफ मशीन्स रखी है, सारे डिजिटल एक्सरे रखे हैं, ईवन इतने ऑलमोस्ट सारे प्रोसीजर कवर अप होंगे डेंटली, ईवन रूट कनाल तो लैके गम सर्जरी ब्रेसिस सारा कुछ एवरीथिंग, जिंदी असी पेशेंट नाल भी गाइडेंस इन्हें ना सौखी होंगी है, पेशेंट नू समझाना हो कि देखो तुहाडे मूँह च यह चीज़ है, इन्हें ना पेशेंट नू भी ईजली गाइड कर सकते हैं। फोर टाइप्स ऑफ प्रोटोकॉल्स ना चल रहा है, पहले नॉर्मल असी नॉर्मल जो इंस्ट्रूमेंट्स है वह वॉश करते हैं, दैन आप स्टरलाइजेशन पाउचेस में इनू पैक करते हैं, एंड दैन फाइनली ये स्टरलाइजेशन इन डेढ़ तो दो घंटे प्रॉपर प्रोटोकॉल फॉलो किया जाता है। एक स्टार्टिंग है ਅਜੇ ਇਸ ਤੋਂ ਬਾਅਦ ਤੁਸੀਂ ਦੇਖੋ ਹੌਲੀ ਹੌਲੀ ਐਕਸਪੈਂਡ ਹੋ ਗਿਆ, ਜਿਵੇਂ ਰੋਜ਼ ਪੇਸ਼ੈਂਟ ਤਦਾਦ 'ਚ ਆ ਰਿਹਾ, ਰੋਜ਼ ਸੌ ਹਜ਼ਾਰਾਂ 'ਚ ਉਹਦੇ ਪੇਸ਼ੈਂਟ ਆ ਰਹੇ ਆ। ਪਹਿਲੇ ਤਾਂ ਲੋਕ ਇਸ ਚੀਜ਼ ਨੂੰ ਮੰਨਦੇ ਹੀ ਨਹੀਂ, ਕੋਈ ਲੋਕਾਂ ਨੂੰ ਉਹ ਸਵਾਲ ਹੁੰਦਾ ਕਿ ਵੀ ਚੈਰੀਟੇਬਲ ਹੌਸਪੀਟਲ ਤਾਂ ਹੈ ਪਰ ਚੈਰੀਟੇਬਲ ਫੈਸਿਲਿਟੀਜ਼ ਨਹੀਂ ਹੈ। ਮੈਂ ਚਾਹੁੰਦਾ ਲੋਕ ਆਪ ਆਉਣ, ਆ ਕੇ ਉਰੇ ਆ ਕੇ ਦੇਖਣ, ਲੋੜਵੰਦ ਆ ਗਿਆ, ਕੋਈ ਕਹੇ ਜੀ ਮੇਰੇ ਕੋਲ 50 ਰੁਪਏ ਜਾਂ 20 ਰੁਪਏ ਹੈ ਕਾਰਡ ਲਈ, ਉਹਨੂੰ ਵਾਪਸ ਨਹੀਂ ਭੇਜਿਆ ਜਾਏਗਾ, ਉਹ ਕੋਈ ਗੱਲ ਨਹੀਂ ਹੈ, ਚਾਹੇ ਪੈਸੇ ਘੱਟ ਹੈ, ਉਹਨੂੰ ਪ੍ਰੋਪਰ ਇਲਾਜ, ਉਹ ਪ੍ਰੋਪਰ ਡਾਕਟਰ ਨੂੰ ਦਾ ਕਾਰਡ ਬਣੇਗਾ, ਉਹ ਡਾਕਟਰ ਨੂੰ ਜਾ ਕੇ ਦਿਖਾ ਸਕਦਾ। ਬਾਬਾ ਦੀਪ ਸਿੰਘ ਚੈਰੀਟੇਬਲ ਹੌਸਪੀਟਲ ਦੇ ਵਿੱਚ ਅਸੀਂ ਮੌਜੂਦ ਹਾਂ, ਸਾਡੇ ਨਾਲ ਮੌਜੂਦ ਨੇ ਡਾਕਟਰ ਸਿਮਰਨਪਾਲ ਸਿੰਘ, ਸੋ ਗੱਲ ਕਰਾਂਗੇ ਉਹਨਾਂ ਦੇ ਨਾਲ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਹੈ ਇੱਥੇ ਮੌਜੂਦ ਹੈ ਔਰ ਕਿਹਨਾਂ ਮਸ਼ੀਨਰੀਜ਼ ਦੇ ਜ਼ਰੀਏ ਪੇਸ਼ੈਂਟਸ ਦਾ ਚੈੱਕਅਪ ਕੀਤਾ ਜਾਏਗਾ ਔਰ ਇਲਾਜ ਕੀਤਾ ਜਾਏਗਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਥੋੜ੍ਹਾ ਜਿਹਾ ਗਾਈਡ ਕਰਿਓ, ਥੋੜ੍ਹਾ ਜਿਹਾ ਦੱਸਿਓ ਕਿ ਜਿਹੜੀ ਮਸ਼ੀਨਰੀ ਇੱਥੇ ਲੱਗੀ ਹੈ ਜਿਹਨਾਂ ਨਾਲ ਚੈੱਕਅਪ ਹੁੰਦਾ ਪੇਸ਼ੈਂਟਸ ਦਾ, ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਅਸੀਂ ਸਰ ਇੱਥੇ ਹਾਈ ਟੈਕ ਸਾਰੀ ਕੁਆਲਿਟੀ ਆਫ ਮਸ਼ੀਨਸ ਰੱਖੀ ਹੈ, ਸਾਰੇ ਡਿਜੀਟਲ ਐਕਸਰੇ ਰੱਖੇ ਹੈ, ਈਵਨ ਇੱਥੇ ਆਲਮੋਸਟ ਸਾਰੇ ਪ੍ਰੋਸੀਜਰ ਕਵਰ ਅਪ ਹੋਣਗੇ ਡੈਂਟਲੀ 'ਚ, ਈਵਨ ਰੂਟ ਕਨਾਲ ਤੋਂ ਲੈ ਕੇ ਗਮ ਸਰਜਰੀਸ ਬ੍ਰੇਸਿਸ ਸਾਰਾ ਕੁਛ ਐਵਰੀਥਿੰਗ, ਅਲਾਈਨਰਸ ਤੱਕ ਐਵਰੀਥਿੰਗ ਕਵਰ ਅਪ ਕਰਾਂਗੇ। ਸਾਡੇ ਕੋਲ ਡਿਜੀਟਲ ਐਕਸਰੇ ਆ, ਵਾਇਰਲੈਸ ਐਕਸਰੇ ਆ, ਆ ਮੈਮ ਤੁਹਾਨੂੰ ਦੱਸਣਗੇ, ਦੇ ਹੈਵ ਲਾਈਕ ਅ ਇੰਟਰਓਰਲ ਕੈਮਰਾ, ਜਿਹਦੀ ਅਸੀਂ ਪੇਸ਼ੈਂਟ ਨਾਲ ਵੀ ਗਾਈਡੈਂਸ ਇਹਦੇ ਨਾਲ ਸੌਖੀ ਹੁੰਦੀ ਹੈ, ਪੇਸ਼ੈਂਟ ਨੂੰ ਸਮਝਾਉਣਾ ਹੋਏ ਕਿ ਦੇਖੋ ਤੁਹਾਡੇ ਮੂੰਹ 'ਚ ਇਹ ਚੀਜ਼ ਹੈ, ਇਹਦੇ ਨਾਲ ਪੇਸ਼ੈਂਟ ਨੂੰ ਵੀ ਈਜ਼ਲੀ ਗਾਈਡ ਕਰ ਸਕਦੇ ਆ। ਇਹ ਬਹੁਤ ਹੀ ਤੁਹਾਨੂੰ ਘੱਟ ਚੈਰੀਟੇਬਲ ਹੋਸਪਿਟਲ ਤਾਂ ਬਹੁਤ ਘੱਟ ਹੀ ਹੁੰਦੇ ਹੀ ਨਹੀਂ ਹੁੰਦੀ ਇਹ ਮਸ਼ੀਨਰੀਸ, ਉਹ ਜਿਵੇਂ ਐਕਸਰੇ ਰੱਖਿਆ, ਐਕਸਰੇ ਲਿਖਿਆ ਨਾ, ਆਹ ਦੇਖੋ ਤੁਸੀਂ ਆਪ ਆ ਕੇ, ਬਾਕੀ ਸਾਡਾ ਅੰਦਰ ਸਟਰਲਾਈਜੇਸ਼ਨ ਯੂਨਿਟ ਹੈ, ਡਾਕਟਰ ਸਾਹਿਬ ਤੁਹਾਨੂੰ ਦਿਖਾਉਣਗੇ ਵੀ ਆਹ ਦੇਖੋ ਐਕਸਰੇ ਹੈ, ਇਹ ਇਹਦੇ ਦੇ ਵਿੱਚ ਘੱਟ ਐਕਸਪੋਜਰ ਲੈਵਲ ਹੁੰਦਾ। ਨੋਰਮਲੀ ਆਪਾਂ ਐਕਸਰੇ ਕਰਦੇ ਹਾਂ ਪੇਸ਼ੈਂਟ ਨੂੰ ਰੇਸ ਤਾਂ ਬਹੁਤ ਹੁੰਦਾ, ਇਹ ਲੈਸ ਐਕਸਪੋਜਰ ਲੈਵਲ ਐਂਡ ਇਟ ਇਜ਼ ਅ ਵਾਇਰਲੈਸ। ਇਹ ਜਿਹੜੀ ਨਵੀਂ ਟੈਕਨੋਲੋਜੀ ਸ਼ਾਇਦ ਹੀ ਮੈਂ ਕਹਿੰਦਾ ਕਿ ਅਸੀਂ ਪੰਜਾਬ ਦੇ ਚੈਰੀਟੇਬਲ ਹੋਸਪਿਟਲ ਇਹਦੀ ਚੀਜ਼ ਨਹੀਂ ਹੋਣੀ, ਜੋ ਵੀ ਅਸੀਂ ਹਾਈਟੈਕ ਪ੍ਰੋਪਰ ਸਟਰਲਾਈਜੇਸ਼ਨ ਟੈਕਨੀਕ ਰੱਖੀ ਹੋਈ ਹੈ ਅਤੇ ਪ੍ਰੋਪਰ ਕਲੀਨਨੈਸ ਕਿ ਪੇਸ਼ੈਂਟ ਦੇ ਕੰਫਰਟ ਵਾਸਤੇ ਵੀ ਵਧੀਆ, ਲੈਸ ਇਨਫੈਕਸ਼ਨ ਹੋਏ। ਅਸੀਂ ਸਟਰਲਾਈਜੇਸ਼ਨ ਅੰਦਰ ਯੂਨਿਟ ਹੈਗਾ, ਡਾਕਟਰ ਸਾਹਿਬ ਤੁਹਾਨੂੰ ਦਿਖਾਉਂਦੇ ਆ, ਉਹ ਬੀ ਗ੍ਰੇਡ ਹੈਗਾ, ਉਹ ਇੱਥੇ ਪੰਜਾਬ ਤਾਂ ਕਿਸੇ ਚੈਰੀਟੇਬਲ 'ਚ ਨਹੀਂ ਹੋਣਾ, ਈਵਨ ਪ੍ਰਾਈਵੇਟ ਵਿੱਚ ਵੀ ਬਹੁਤ ਰੇਅਰ ਕਲੀਨਿਕਸ 'ਚ ਹੋਣਾ, ਕਿਸੇ ਆਪਣੇ ਵੱਲੋਂ ਪ੍ਰੋਪਰ ਕੋਸ਼ਿਸ਼ ਕਰਦੇ ਮਿਨੀਮਾਈਜ਼ ਨਾਲ। ਬਾਕੀ ਡਾਕਟਰ ਸਾਹਿਬ ਤੁਹਾਨੂੰ ਦਿਖਾ ਦਿੰਦੇ ਅੰਦਰ। ਥੈਂਕ ਯੂ ਸੋ ਮਚ। ਸੋ ਇਸ ਸਨ ਡੈਂਟਲ ਡਿਪਾਰਟਮੈਂਟ ਦੇ ਵਿੱਚ ਡਾਕਟਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਹਨਾਂ ਮਸ਼ੀਨਰੀਜ਼ ਦੇ ਜ਼ਰੀਏ ਡਾਕਟਰ ਦਾ ਡਾਕਟਰ ਚੈੱਕਅਪ ਕਰਦੇ ਨੇ ਔਰ ਪੇਸ਼ੈਂਟ ਦਾ ਇਲਾਜ ਕੀਤਾ ਜਾਂਦਾ। ਅਕਸਰ ਵੇਖਿਆ ਜਾਂਦਾ ਕਿ ਚੈਰੀਟੇਬਲ ਹੋਸਪਿਟਲ ਹੁੰਦੇ ਨੇ ਬਟ ਇੰਨੀਆਂ ਹਾਈਟੈਕ ਮਸ਼ੀਨਰੀ ਜਿਹੜੀ ਆ ਨਹੀਂ ਹੁੰਦੀ ਜਿਨ੍ਹਾਂ ਦੇ ਉੱਪਰ ਪੇਸ਼ੈਂਟਸ ਦਾ ਚੈੱਕਅਪ ਔਰ ਇਲਾਜ ਕੀਤਾ ਜਾਂਦਾ। ਸੋ ਦਰਸ਼ਕਾਂ ਨੂੰ ਉਹ ਤਮਾਮ ਮਸ਼ੀਨਰੀ ਜਿਹੜੀ ਆ ਦਿਖਾਵਾਂਗੇ ਜਿਸ ਦੇ ਜ਼ਰੀਏ ਪੇਸ਼ੈਂਟਸ ਦਾ ਚੈੱਕਅਪ ਹੁੰਦਾ ਔਰ ਉਹਨਾਂ ਦਾ ਇਲਾਜ ਕੀਤਾ ਜਾਂਦਾ। ਸਾਡੇ ਨਾਲ ਡਾਕਟਰ ਪਲਕ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਵਿਖਾਵਾਂਗੇ ਕਿ ਇਹ ਜਿਹੜੀ ਮਸ਼ੀਨਰੀ ਚੈਰੀਟੇਬਲ ਹੋਸਪਿਟਲ ਬਾਬਾ ਦੀਪ ਸਿੰਘ ਚੈਰੀਟੇਬਲ ਹੋਸਪਿਟਲ ਦੇ ਵਿੱਚ ਇੰਸਟਾਲ ਕੀਤੀ ਗਈ ਹੈ। ਡਾਕਟਰ ਪਲਕ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਵਰਕ ਕਰਦੀ ਹੈ ਜਿਹੜੀਆਂ ਮਸ਼ੀਨਾਂ ਨੇ। ਸਭ ਮੋਸਟ ਇੰਪੋਰਟੈਂਟ ਗੱਲ ਪਹਿਲੇ ਤਾਂ ਇਹ ਹੈਗੀ ਹੈ ਵੀ ਅਸੀਂ ਜਿਹੜਾ ਵੀ ਟ੍ਰੀਟਮੈਂਟ ਕਰਦੇ ਹਾਂ ਉਹਦੇ ਲਈ ਸਾਡੇ ਇੰਸਟਰੂਮੈਂਟਸ ਬਹੁਤ ਇੰਪੋਰਟੈਂਟ ਹੈ, ਅਤੇ ਜਿਹੜੇ ਇੰਸਟਰੂਮੈਂਟਸ ਉਹ ਪ੍ਰੋਪਰਲੀ ਸਟਰਲਾਈਜ਼ ਹੋਣੇ ਚਾਹੀਦੇ ਹੈ। ਅਤੇ ਜੇ ਆਪਾਂ ਗੱਲ ਕਰੀਏ ਇੱਥੇ ਦੀ, ਤਾਂ ਪੰਜਾਬ ਵਿੱਚ ਹਾਲੇ ਤੱਕ ਇਹ ਟੈਕਨੋਲੋਜੀ ਕਿਸੇ ਵੀ ਚੈਰੀਟੇਬਲ 'ਚ ਤੁਸੀਂ ਕਿਤੇ ਨਹੀਂ ਦੇਖੀ ਹੋਏਗੀ। ਸੋ ਦਿਸ ਇਜ਼ ਅ ਬੀ ਕਲਾਸ ਆਟੋਕਲੇਵ ਜੋ ਮਤਲਬ ਕਿ ਤੁਸੀਂ ਕਹਿ ਲਓ ਫੋਰ ਟਾਈਪਸ ਆਫ ਪ੍ਰੋਟੋਕੋਲਸ ਨਾਲ ਚੱਲਦਾ ਹੈ। ਪਹਿਲੇ ਨੋਰਮਲ ਅਸੀਂ ਨੋਰਮਲ ਜਿਹੜੇ ਇੰਸਟਰੂਮੈਂਟਸ ਹੈ ਉਹ ਵਾਸ਼ ਕਰਦੇ ਨੇ, ਦੈਨ ਆਪਾਂ ਸਟਰਲਾਈਜੇਸ਼ਨ ਪਾਊਚਸ ਵਿੱਚ ਇਹਨੂੰ ਪੈਕ ਕਰਦੇ ਨੇ, ਐਂਡ ਦੈਨ ਫਾਈਨਲੀ ਇਹਦੇ ਵਿੱਚ ਸਟਰਲਾਈਜੇਸ਼ਨ ਵਿੱਚ ਇਹਨੂੰ ਡੇਢ ਤੋਂ ਦੋ ਘੰਟੇ ਵਿੱਚ ਇਹਦਾ ਪ੍ਰੋਪਰ ਪ੍ਰੋਟੋਕੋਲ ਫੋਲੋ ਕੀਤਾ ਜਾਂਦਾ ਹੈ। ਅਤੇ ਇਹ ਸਾਡੇ ਸਟਰਲਾਈਜੇਸ਼ਨ ਪਾਊਚਸ ਨੇ ਇਨ ਫਰੰਟ ਆਫ ਪੇਸ਼ੈਂਟ ਹੀ ਖੁੱਲ੍ਹਣਗੇ, ਐਂਡ ਮੋਰ ਓਵਰ ਦੇ ਹੈਵ ਕਲਰ ਕੋਡਿੰਗਸ, ਤੁਹਾਨੂੰ ਇਹ ਤੋਂ ਪਤਾ ਚੱਲ ਜਾਏਗਾ। ਕਈ ਵਾਰੀ ਕੀ ਹੁੰਦਾ ਪ੍ਰਾਈਵੇਟ ਕਲੀਨਿਕਸ ਵਿੱਚ ਜਾਂ ਕਿਸੇ ਹੋਰ ਚੈਰੀਟੇਬਲ ਕਲੀਨਿਕ, ਕੋਈ ਵੀ ਐਕਸ ਵਾਈ ਜ਼ੈਡ ਲੈ ਲਓ, ਹੁਣ ਉਹ ਸਟਰਲਾਈਜੇਸ਼ਨ ਪਾਊਚ ਚਾਹੇ ਰੱਖ ਵੀ ਦੇਣ, ਬਟ ਜੇ ਕਲਰ ਚੇਂਜ ਨਹੀਂ ਹੋਇਆ ਮੀਨਸ ਇਟ ਇਜ਼ ਨੋਟ ਸਟਰਲਾਈਜ਼ ਐਟ ਆਲ। ਅਤੇ ਇਹ ਜਿਹੜੇ ਮੋਸਟਲੀ ਹੁੰਦੇ ਬੀ ਕਲਾਸ ਆਟੋਕਲੇਵ ਵਿੱਚ ਹੀ ਹੁੰਦੇ ਨੇ।
ਜਿਹੜੀ ਪ੍ਰੋਪਰ ਸਟਰਲਾਈਜੇਸ਼ਨ ਪ੍ਰੋਸੀਜਰ ਹੁੰਦੀ ਹੈ, ਤਾਂ ਇੱਥੋਂ ਵੀ ਕੈਨ ਗੈਟ ਆਊਟ ਕਿ ਪ੍ਰੋਪਰ ਸਟਰਲਾਈਜੇਸ਼ਨ ਹੋਈ ਹੈ ਜਾਂ ਨਹੀਂ ਹੋਈ, ਬਿਕੋਜ਼ ਸਭ ਤੋਂ ਮੋਸਟ ਇੰਪੋਰਟੈਂਟ ਇਜ਼ ਆਹ ਸਟਰਲਾਈਜੇਸ਼ਨ ਪ੍ਰੋਸੀਜਰ ਜਿਹੜਾ ਬੀ ਕਲਾਸ ਆਟੋਕਲੇਵ ਅਸੀਂ ਸਾਨੂੰ ਇੱਥੇ ਪ੍ਰੋਵਾਈਡ ਕੀਤਾ ਗਿਆ। ਥੈਂਕ ਯੂ ਸੋ ਮਚ। ਤਾਂ ਸੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਪੇਸ਼ੈਂਟਸ ਦੀ ਕੇਅਰ ਦੇ ਲਈ ਇੱਥੇ ਮਸ਼ੀਨਰੀ ਜਿਹੜੀ ਹੈ ਉਸਦੇ ਨਾਲ ਨਾਲ ਜੋ ਵੀ ਟੈਸਟ ਹੁੰਦੇ ਨੇ ਬਹੁਤ ਹੀ ਵਧੀਆ ਕੁਆਲਿਟੀ ਦੀ ਮਸ਼ੀਨਰੀ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਜਾਂਦੀ, ਕਿਉਂਕਿ ਪੇਸ਼ੈਂਟ ਦੀ ਹੈਲਥ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਤੇ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹੈ। ਲੁਧਿਆਣਾ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਚੈਰੀਟੇਬਲ ਹਸਪੀਟਲਸ ਨੇ ਜਿੱਥੇ ਇਲਾਜ ਕੀਤਾ ਜਾਂਦਾ, ਪਰ ਇੱਕ ਵੱਖਰੇ ਤਰੀਕੇ ਦਾ ਹਸਪੀਟਲ ਲੁਧਿਆਣਾ ਦੇ ਵਿੱਚ ਸ਼ੁਰੂ ਕੀਤਾ ਗਿਆ। 5 ਮਈ ਨੂੰ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਉਹ ਆਉਂਦੇ ਨੇ, ਉਹਨਾਂ ਵੱਲੋਂ ਉਦਘਾਟਨ ਕੀਤਾ ਜਾਂਦਾ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਹਸਪੀਟਲ ਦਾ, ਜਿਸ ਵਿੱਚ ਮਹਿਜ਼ 50 ਰੁਪਏ ਦੀ ਪਰਚੀ ਦੇ ਵਿੱਚ ਇਲਾਜ ਕੀਤਾ ਜਾਏਗਾ ਪੇਸ਼ੈਂਟ ਦਾ। ਸੋ ਅਕਸਰ ਵੇਖਿਆ ਜਾਂਦਾ ਕਿ ਕੁਝ ਪਰਿਵਾਰ ਇੱਦਾਂ ਦੇ ਨੇ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ, ਕੁਝ ਪਰਿਵਾਰ ਇੱਦਾਂ ਦੇ ਨੇ ਜਿਹੜੇ ਗਰੀਬੀ ਰੇਖਾ ਤੋਂ ਵੀ ਹੇਠਾਂ ਨੇ। ਸੋ ਉਹਨਾਂ ਦੇ ਲਈ ਖਾਸ ਓਪਰਚੁਨਿਟੀ ਹੈ ਕਿ ਇਸ ਹਸਪੀਟਲ ਦੇ ਵਿੱਚ ਆਓ ਔਰ ਆਪਣਾ ਇਲਾਜ ਕਰਵਾਓ। ਸੋ ਸਾਡੇ ਨਾਲ ਅੱਜ ਮੌਜੂਦ ਨੇ ਸੁਖਵਿੰਦਰ ਸਿੰਘ ਬਿੰਦਰਾ, ਉਹਨਾਂ ਤੋਂ ਜਾਣਕਾਰੀ ਹਾਸਿਲ ਕਰਾਂਗੇ ਕਿ ਬੇਸਿਕਲੀ ਕੀ ਮੋਟਿਵ ਹੈ ਇਸ ਹਸਪੀਟਲ ਨੂੰ ਖੋਲ੍ਹਣ ਦਾ ਔਰ ਕਿਸ ਤਰ੍ਹਾਂ ਲੋਕਾਂ ਦਾ ਇਲਾਜ ਜਿਹੜਾ ਕਰਵਾਇਆ ਜਾਏਗਾ, ਕਿਉਂਕਿ ਕਿਹਾ ਜਾ ਰਿਹਾ ਕਿ ਚੈਰੀਟੇਬਲ ਹਸਪੀਟਲ ਹੁੰਦੇ ਨੇ ਪਰ ਉੱਥੇ ਮਸ਼ੀਨਰੀ ਜਿਹੜੀ ਹੈ ਕੋਈ ਇੰਨੀ ਵਧੀਆ ਨਹੀਂ ਹੁੰਦੀ। ਇਸ ਹਸਪੀਟਲ ਦੇ ਵਿੱਚ ਜੋ ਖਾਸੀਅਤ ਦੱਸੀ ਜਾ ਰਹੀ ਹੈ, ਜਿੱਥੇ ਪੇਸ਼ੈਂਟ ਦੀ ਸਿਹਤ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ, ਉਸ ਦੇ ਨਾਲ ਨਾਲ ਕਿਹਾ ਜਾ ਰਿਹਾ ਕਿ ਇਸ ਹਸਪੀਟਲ ਦੇ ਵਿੱਚ ਹਾਈਟੈਕ ਮਸ਼ੀਨਰੀ ਜਿਹੜੀ ਆ ਉਹ ਇੰਸਟਾਲ ਕੀਤੀ ਗਈ ਹੈ ਪੇਸ਼ੈਂਟਸ ਦੇ ਚੈੱਕਅਪ ਔਰ ਇਲਾਜ ਦੇ ਲਈ। ਸੋ ਸਾਡੇ ਨਾਲ ਮੌਜੂਦ ਨੇ ਸੁਖਵਿੰਦਰ ਸਿੰਘ ਬਿੰਦਰਾ ਜੀ, ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਟਾਈਮਸ ਦੇ। ਥੈਂਕ ਯੂ ਜੀ, ਥੈਂਕ ਯੂ। ਫਸਟ ਆਫ ਆਲ ਸੁਖਵਿੰਦਰ ਜੀ, ਜਾਣਕਾਰੀ ਥੋੜ੍ਹੀ ਜਿਹੀ ਸਾਂਝੀ ਕਰੋ, ਇਹ ਹੋਸਪਿਟਲ ਜਿਹੜਾ ਖੋਲ੍ਹਿਆ ਗਿਆ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹੋਸਪਿਟਲ, ਜਿੱਥੇ ਲੋਕਾਂ ਨੂੰ ਸਿੱਖਇਜ਼ਮ ਦੇ ਨਾਲ ਜੋੜਿਆ ਜਾ ਰਿਹਾ, ਉਸ ਦੇ ਨਾਲ ਨਾਲ ਸਿੱਖਇਜ਼ਮ ਦਾ ਜਿਹੜਾ ਮੁੱਢਲਾ ਮਕਸਦ ਹੈ ਲੋਕਾਂ ਦੀ ਸੇਵਾ ਕਰਨਾ, ਸੋ ਉਸੇ ਮਕਸਦ ਦੇ ਨਾਲ ਨਾਲ ਅੱਜ ਲੋਕਾਂ ਦਾ ਇਲਾਜ ਕੀਤਾ ਜਾਏਗਾ ਵਧੀਆ ਹਾਈਟੈਕ ਮਸ਼ੀਨਰੀ ਦੇ ਨਾਲ। ਉਸ ਦੇ ਨਾਲ ਨਾਲ ਪੇਸ਼ੈਂਟ ਵੀ ਇੱਥੇ ਪਹੁੰਚਣੇ ਜਿਹੜੇ ਨੇ ਸ਼ੁਰੂ ਹੋ ਗਏ ਨੇ, ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਦੇਖੋ, ਜੇ ਅਸੀਂ ਆਪਣੇ ਸ਼ਹਿਰ ਦੀ ਗੱਲ ਕਰੀਏ ਤਾਂ ਸਾਡੇ ਸ਼ਹਿਰ ਦੀ ਪਾਪੂਲੇਸ਼ਨ 40 ਜਾਂ 50 ਲੱਖ ਦੇ ਆਸ ਪਾਸ ਪਾਪੂਲੇਸ਼ਨ ਹੈ। ਜੇ ਅਸੀਂ ਹੋਸਪਿਟਲ ਦੇਖੀਏ ਤਾਂ ਉਹ ਪਾਪੂਲੇਸ਼ਨ ਦੇ ਹਿਸਾਬ ਨਾਲ ਬੜੇ ਘੱਟ ਹੋਸਪਿਟਲ ਹੈ। ਤੁਸੀਂ ਵੀ ਮੇਰੇ ਖਿਆਲ ਵਿਜ਼ਿਟ ਕੀਤਾ ਹੋਊਗਾ, ਮੈਂ ਵੀ ਬਹੁਤ ਵਾਰੀ ਹੋਸਪਿਟਲ, ਮੈਨੂੰ ਚਾਂਸ ਮਿਲਿਆ, ਮੈਂ ਵਿਜ਼ਿਟ ਕੀਤਾ। ਕਈਆਂ 'ਚ ਦੇਖਿਆ ਕਿ ਬਹੁਤ ਸਾਰੇ ਪੇਸ਼ੈਂਟ ਵੇਟਿੰਗਸ 'ਤੇ, ਪ੍ਰੋਪਰ ਇਲਾਜ ਹੀ ਨਹੀਂ ਮਿਲ ਪਾਉਂਦਾ ਕਿਉਂਕਿ ਆਪਣੇ ਕੋਲੋਂ ਪ੍ਰੋਪਰ ਇੰਨੇ ਇੰਸਟੀਟਿਊਟ ਨਹੀਂ ਹੈਗੇ। ਕਿਉਂਕਿ ਅਸੀਂ ਵੀ ਪਿੱਛੇ ਡਿਮਾਂਡ ਲੈ ਕੇ ਆਏ ਸੀ ਕਿ ਲੁਧਿਆਣੇ ਦੇ ਵਿੱਚ ਏਮਸ ਜਾਂ PGI ਹੋਣਾ ਚਾਹੀਦਾ, ਕਿਉਂਕਿ ਜਿਸ ਹਿਸਾਬ ਨਾਲ ਸਮਾਰਟ ਸਿਟੀ ਹੈ ਔਰ ਪਾਪੂਲੇਸ਼ਨ ਡੇ ਬਾਏ ਡੇ ਇਨਕਰੀਜ਼ ਹੋ ਰਹੀ ਹੈ। ਪਰ ਚਲੋ, ਜੋ ਟਾਈਮ ਸਿਰ ਆਉਣਾ ਉਹ ਤਾਂ ਉਦੋਂ ਹੀ ਆਉਣਾ। ਹੁਣ ਫੋਰ ਦਾ ਟਾਈਮਿੰਗ ਕੀ ਆ, ਬਾਬਾ ਦੀਪ ਸਿੰਘ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਗੁਰਦੁਆਰਾ ਸਾਹਿਬ ਹੈ, ਉਹਨਾਂ ਵੱਲੋਂ ਬੜਾ ਇੱਕ ਸੋਹਣਾ ਉਪਰਾਲਾ ਕੀਤਾ ਗਿਆ ਕਿ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹੋਸਪਿਟਲ। ਮੇਰੇ ਨਾਲ ਲਾਲੀ ਜੀ ਖੜ੍ਹੇ ਆ, ਜੋ ਕਿ ਇਹਨੂੰ ਜਨਰਲ ਸੈਕਟਰੀ ਹੈ, ਮੇਰੇ ਫਾਦਰ ਸਾਹਿਬ ਸੁਰਿੰਦਰਪਾਲ ਸਿੰਘ ਜੀ ਨੂੰ ਬਿੰਦਰਾ ਜਿਹੜੇ ਕਿ ਪ੍ਰੈਜੀਡੈਂਟ ਹੈ, ਅਸੀਂ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਸੁਪਨਾ ਸੋਚਿਆ ਕਿ ਜਿਵੇਂ ਅਸੀਂ ਹੈਲਥ ਕੇਅਰ ਦੀ ਗੱਲ ਕਰਦੇ ਹਾਂ, ਹੈਲਥ ਕੇਅਰ ਕੀ ਹੁੰਦਾ? ਹੈਲਥ ਕੇਅਰ ਉਹ ਹੁੰਦਾ ਹੈ ਜੇ ਕਿਸੇ ਪੇਸ਼ੈਂਟ ਨੂੰ ਅਫੋਰਡੇਬਲ ਪ੍ਰਾਈਸ 'ਤੇ ਇਲਾਜ ਮਿਲਿਆ ਜਾਵੇ। ਸੈਕਿੰਡ ਥਿੰਗ ਕੀ, ਉਹਨੂੰ ਇਲਾਜ ਉਹਨੂੰ ਚੰਗਾ ਮਿਲੇ, ਚੰਗੇ ਮਾਹਿਰ ਡਾਕਟਰਸ ਦੇਖਣ। ਫਿਰ ਥਰਡ ਥਿੰਗ ਕੀ ਆਉਂਦੀ, ਲੋਕਾਂ ਨੂੰ ਕੋਸ਼ਿਸ਼ ਹੈ ਵੀ ਦਵਾਈਆਂ ਕੰਟਰੋਲ ਰੇਟ 'ਤੇ ਦਿੱਤੀਆਂ ਜਾਣ। ਸੋ ਦਾ ਬੈਸਟ ਪਾਰਟ ਆਫ ਹੋਸਪਿਟਲ ਇਜ਼, ਦੇਖੋ ਇਹ ਸ਼ੁਰੂਆਤ ਹੈ। ਸ਼ੁਰੂਆਤ 'ਚ ਅਸੀਂ 3 ਇੱਥੇ ਡਿਪਾਰਟਮੈਂਟ ਖੋਲ੍ਹੇ ਹਾਂ। ਦਿਸ ਇਜ਼ ਅ ਡੈਂਟਲ ਡਿਪਾਰਟਮੈਂਟ, ਪਿੱਛੇ ਦਿਸ ਇਜ਼ ਮੈਡੀਸਨ ਡਿਪਾਰਟਮੈਂਟ, ਨੀਰੋ ਦਾ ਡਿਪਾਰਟਮੈਂਟ ਹੈ, ਲੈਬ ਹੈ। ਹੁਣ ਤੁਸੀਂ ਦੇਖੋ, ਸ਼ੂਗਰ ਦਾ ਇੱਕ ਟੈਸਟ ਹੈ, ਬਾਹਰ ਵੀ ਤੁਸੀਂ ਇਹਦੇ 15 ਰੁਪਏ ਦੇ ਵਿੱਚ ਸ਼ੂਗਰ ਦਾ ਟੈਸਟ ਹੈ। ਮੇਰੇ ਖਿਆਲ ਪੂਰੇ ਲੁਧਿਆਣੇ 'ਚ ਨਹੀਂ ਕਿਤੇ ਹੋਣਾ ਕਿ 15। ਸੋ ਦਿਸ ਇਜ਼ ਨੋਨ ਐਜ਼ ਅ ਚੈਰੀ। ਇਹ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਦਿੱਤੀ ਹੈ, ਕੋਈ ਵੀ ਚੀਜ਼ 100 'ਚੋਂ 100 ਨਹੀਂ ਹੁੰਦੀ ਹੈਗੀ, ਪਰ ਇੱਕ ਨੀਅਤ ਹੋਣੀ ਚਾਹੀਦੀ ਹੈ ਕਿ ਆਪਾਂ ਚੰਗਾ ਉਪਰਾਲਾ ਕਰਨ 'ਚ। ਤੋ ਇੱਕ ਚੰਗਾ ਉਪਰਾਲਾ ਕੀਤਾ ਗਿਆ। ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਦਾ, ਤੁਸੀਂ ਇਸ ਵੱਧ ਤੋਂ ਵੱਧ ਇਸ ਚੀਜ਼ ਦਾ ਲਾਭ ਲਵੋ ਆ ਕੇ। ਔਰ ਇਹ ਦਿਸ ਇਜ਼ ਜਸਟ ਅ ਸਟਾਰਟਿੰਗ, ਇੱਕ ਸਟਾਰਟਿੰਗ ਹੈ। ਹਜੇ ਇਸ ਤੋਂ ਬਾਅਦ ਤੁਸੀਂ ਦੇਖੋ ਹੌਲੀ ਹੌਲੀ ਐਕਸਪੈਂਡ ਹੋ ਗਿਆ, ਜਿਵੇਂ ਰੋਜ਼ ਪੇਸ਼ੈਂਟ ਤਦਾਦ 'ਚ ਆ ਰਿਹਾ, ਰੋਜ਼ 100-1000 'ਚ ਉਹਦੇ ਪੇਸ਼ੈਂਟ ਆ ਰਹੇ ਆ, ਔਰ ਕਿੰਨੀਆਂ ਸਾਰੀ ਹੋਸਪਿਟਲ ਫੈਸਿਲਿਟੀਜ਼ ਦੇ ਰਿਹਾ ਇਸ ਚੀਜ਼ ਵਿੱਚ। ਜਿਹੜੇ ਡਾਕਟਰ ਵੀ ਹੈ, ਕੋਈ ਰਿਟਾਇਰਡ ਸਿਵਲ ਸਰਜਨ ਹੈ, ਕੋਈ MD ਡਾਕਟਰਸ ਹੈ, ਕੋਈ 40s ਤੋਂ ਹੈ, ਕੋਈ ਕਿਹੜੇ ਹੋਸਪਿਟਲ ਤੋਂ ਹੈ, ਤਾਂ ਇੱਕ ਚੰਗੀ ਟੀਮ ਉਹ ਇਕੱਠੀ ਹੋਈ ਹੈ ਤਾਂ ਕਿ ਇੱਕ ਚੰਗਾ ਇੱਕ ਇਲਾਜ ਦਿੱਤਾ ਜਾਵੇ। ਸੁਖਵਿੰਦਰ ਜੀ, ਜਿਵੇਂ ਕਿ 5 ਤਾਰੀਖ ਨੂੰ ਸ਼ੁਰੂਆਤ ਹੋਈ ਹੈ, ਲੋਕਾਂ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਹੈ? ਪੇਸ਼ੈਂਟ ਆ ਰਹੇ ਨੇ, ਵੈਸੇ ਤਾਂ ਅਸੀਂ ਦੇਖਿਆ ਚੈੱਕਅਪ ਦੇ ਲਈ, ਲੋਕਾਂ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਹੈ? ਦੇਖੋ, ਲੋਕਾਂ ਦੇ ਵਿੱਚ ਬਹੁਤ ਸੋਹਣਾ ਰਿਸਪੌਂਸ ਹੈ। ਪਹਿਲੇ ਤਾਂ ਲੋਕ ਇਸ ਚੀਜ਼ ਨੂੰ ਮੰਨਦੇ ਹੀ ਨਹੀਂ। ਕੋਈ ਲੋਕਾਂ ਨੂੰ ਉਹ ਸਵਾਲ ਹੁੰਦਾ ਕਿ ਵੀ ਚੈਰੀਟੇਬਲ ਹੋਸਪਿਟਲ ਤਾਂ ਹੈ ਪਰ ਚੈਰੀਟੇਬਲ ਫੈਸਿਲਿਟੀਜ਼
मैं चाहना लोग आप आन आके उरे आके देखन कि सानू चैरिटेबल हॉस्पिटल सानू किवें सानू महसूस हो रहा है कि इलाज आपां नू सही मिल रहा है कि जिहड़ी इत्थे दी मशीनस है वो हाईटेक मशीनस है कि जिहड़े डॉक्टर्स है वह वैल यू नो क्वालिफाइड हैं कि इत्थे दी साफ सफाई चंगी है। तुसी भी बड़े हॉस्पिटल विजिट किया होगा, मैं तुहानूं सवाल पाना चाहना, तुसी मैनूं दस्सो जे तुसी इत्थे आ पहुंचे हो तुहानूं किवें लग्या? एक हॉस्पिटल तो तुहानूं लग्या भी नहीं होगा कि हॉस्पिटल। पर्सनली मैं तो यही कहांगा मैनूं इह चैरिटेबल नहीं लग्या, जिद्दां दी मशीनरी वेखी है जिद्दां दा ट्रीटमेंट वेख्या उस अकॉर्डिंग ही कह सकदे हां कि वड्डे हॉस्पिटल्स वांग इत्थे ट्रीटमेंट किया जा रहा, उहनां दा चैकअप किया जा रहा। सी दैट इज़ द ब्यूटी ऑफ दिस हॉस्पिटल कि जद आपां अंदर आईए आपां नूं चैरिटेबल ना लगे, आपां नूं बस कार्ड तो फिर पता लगे कि इह चैरिटेबल है। नाल और इह इत्थे तक वी सीमित नहीं है, जिहड़ी मैनेजमेंट यू नो कमेटी है सारे ने यह भी सगो किया कि जिस इंसान को 50 रुपये कार्ड लिए भी नहीं है बनवा ली जिहड़ा बेचारा वह भी अफोर्ड नहीं कर सकता, कोई लोड़मंद आ गया कोई कहे जी मेरे को 50 रुपये या 20 रुपये है कार्ड लिए, उन्होंने वापस नहीं भेजा जाएगा, वो कोई गल नहीं है चाहे पैसे घट है उन्होंने प्रॉपर इलाज वो प्रॉपर डॉक्टर का कार्ड बनेगा वो डॉक्टर जाके दिखा सकता। सुखविंदर जी एक चीज़ की होर जानकारी दो, पहला वेख्या जाता है कि चैरिटेबल हॉस्पिटल बहुत खुले ने जिते बहुत घट रेट के कार्ड बनता सी चैकअप किया जाता सी, तुसी भी फीस कोई ज़्यादा नहीं रखी 50 रुपये कार्ड की फीस रखी है, कि 50 रुपये के सारे चैकअप होंगे और कि चैकअप और ट्रीटमेंट जिहड़े ने इत्थे अवेलेबल ने हॉस्पिटल के, जिवें कि डेंटिस्ट का तुसी दस्या कि उस तो बाद जानकारी मिली कि साइकैट्रिस्ट भी जिहड़े ने 4 बजे के करीब बहिंदे ने, उस तो इलावा होर कि चीज़ा जी इतने अवेलेबल ने कि ट्रीटमेंट जो अवेलेबल? देखो मेरे को ओपीडी कार्ड है जो बाबा दीप सिंह जी चैरिटेबल हॉस्पिटल है ना ओपीडी कार्ड है, या आप बैक फ्लिप करिए डेंटल की फैसिलिटीज़ है, ये मेडिसिन की फैसिलिटीज़ है, ठीक है, ये नीरो की फैसिलिटीज़ है, एंड दीज आर द लैब ECG ब्लड शुगर मेडिकल लैब, और जो है रेट्स है पूरे शहर से कितने नहीं है, और जो तुम नीरो भी देखो तो किनिया फर्टिल से डी एडिक्शन डिप्रैशन एनजाइटी इनसोमिया फिजियो कि कुछ है मेडिसिन के डायबिटिक्स हाइपरटेंशन चेस्ट डिजीज़ गैस्ट्रो नीरो, सो ये हजे तुम देखो इन्ना कुछ भी हजे दिस इज़ जस्ट अ शुरुआत, हजे जो बाबा जी कहते ना मेहर करेंगे जो नीयत साफ होंगी है तो थोड़ा रब भी साथ देता है, तो एक चंगी नीयत नाल सारे इकट्ठे हुए है, एक चंगी सोच है और इंसान नूं चंगी सोच रखनी चाहिए है, मैं नहीं कहता कि तुसी 100 चो 100 पर जे आपां सोचांगे एक ना एक दिन उत्थे पते जरूर पहुँचांगे, तो मैं सारे नूं यही अपील करदा कि आपां मतलब कि अज्यूम ना करिए अपने कोलों, तुसी हॉस्पिटल च आओ आप तुसी इलाज रब ना करे तुहानूं कदी हॉस्पिटल आने की लोड़ पवे कदी, पहली गल तो वह है, पर जे कभी लोड़ भी है तो मैं असं अश्योर करते हैं मैनेजमेंट वालों कि तुहानूं चंगा इत्थे इलाज मतलब कि दिता जाएगा, और जिवें स्लिप्स चंगी बनेगी और प्रॉपर इलाज दिता जाएगा जो एवर मैनशन किया है। एक चीज़ होर सुखविंदर जी, वैसे तो तुसीं आप ही कहा कि जो कुछ भी करता परमात्मा करता उसकी मेहर नाल ही सब कुछ होंदा, कोशिश इंसान करता एफर्ट्स इंसान वालों किए जाते हैं, सो मैं ये जानना चाहाँगा कि यह आइडिया किसका सी, मैनेजमेंट का आइडिया सी या परसनली किसी एक बंदे का इंडिविजुअली आइडिया सीगा ये हॉस्पिटल ओपन करने? देखो आइडिया कभी भी किसी एक का हो नहीं सकता, इट्स ऑलवेज अ टीम एफर्ट होंगी है, जे सारे इकट्ठे सीगे सब ट्रस्टी सारे मैनेजमेंट असी सारे इकट्ठे होए तो मन दे विच आया, एंड दिस इज़ नॉट द फस्ट थिंग यू नो, तुसी देखो जब मेरे को डिपार्टमेंट सी यूथ एंड स्पोर्ट्स और गवर्नमेंट दे कोल फंड्स नहीं होंदे सीगे, पर साडा उपराला होंदा सी यूथ लई की करिए स्पोर्ट्स जो है स्पोर्ट्स असी किवें डिवेलप करिए, मेरे भाषण दे नाल तां यूथ डिवेलप नहीं ना हो सकदी, असी CSR फंड चों स्पोर्ट किट्स लईआं फ्री ऑफ स्पोर्ट किट्स वंडियां यूथ नूं, प्लेग्राउंड तैयार कराए असी CSR फंड चो गवर्नमेंट दे वलों नहीं CSR फंड चो, फिर जे असी हैल्थ केयर चाहे तो मन चाहिए क्यों ना एक हॉस्पिटल भी होना चाहिए, जब सारे ने साथ दिता मेरा लाली जी खड़े है बिंद्रा साहब सारे ने साथ दिता जिन्हें भी है टोटल, मैं नहीं कह रहा किसी एक का उपराला है, यह सारे एक टीम एफर्ट है, जब सारे ने साथ दिता हुण तुसी देखो वो उपराला कितने तक कितने पहुँच गया, और आ दो दिन पहले गजेंद्र सिंह शेखावत जी है जो कि भारत सरकार के कैबिनेट मिनिस्टर हैं वो आए थे उन्होंने उद्घाटन किया और उन्होंने बड़ा इस जरा सलाखा मतलब कि उन्होंने बड़ा एप्रीशिएट किया कि भी बड़ा वधिया एक कर्म एक कदम है फॉर द सर्विस टू द ह्यूमैनिटी, तो साड़ी सारे दी यही सोच सी कि भी क्यों ना हुण सोच है कि इनू अगे दी अगे असी लैके जाइए, होर देखो दिस इज़ ए शुरुआत, मैं फिर कह रहा इन्हें होर चीज़ा ऐड होणगियां होर डिपार्टमेंट्स ऐड होणगे
होर डॉक्टर्स हायर किए जाएंगे। अज जो डॉक्टर इतने 15 या 20 डॉक्टर्स है, साल बाद 50-60 जिमें जिमें डिपार्टमेंट्स ऐड होंगे उमें डॉक्टर्स ऐड हो। सुखविंदर जी, वैसे तुहाडा शेड्यूल हमेशा बिजी रहिंदा, बहुत घट मिलते हो, अज जे मिले हो तो मैं रिक्वेस्ट करांगा कि थोड़े जे गाइड करो और दसो कि हॉस्पिटल दे विच की फैसिलिटीज़ ने और कितने कितने की डिपार्टमेंट्स ने। देखो ये है जी मेडिसिन का डिपार्टमेंट, साढ़े इतने MD है मेडिसिन के, ही वॉज द एक्स सिविल सर्जन डॉक्टर। हाँ, यू नो वेलकम। सो साढ़े नाल डॉक्टर साहब भी मौजूद ने, उन्होंने भी थोड़ी जी गलबात करांगे। सत श्री अकाल सर। सत श्री अकाल जी। सर थोड़ी जी जानकारी दो, हॉस्पिटल जो नवा ओपन हो किदां दा लग रहा तुहानू और तुसीं इस टीम के मैंबर हो? हाँ जी, बहुत अच्छा लग रहा है। देखो ये मतलब हॉस्पिटल बेसिकली दिस इज बाबा दीप सिंह जी चैरिटेबल हॉस्पिटल है क्या? और ये देखो फैसिलिटीज आप लीए मतलब दे आर एक्सलेंट फैसिलिटी साढ़े को अवेलेबल है इस। सो मतलब पेशेंट नो देखो बिल्कुल 50 rupees की स्लिप हैगी है, पर ही विल गेट द बेस्ट पॉसिबल ट्रीटमेंट सारे साढ़े ऑल डिपार्टमेंट्स साढ़े। फिलहाल डेंटल डिपार्टमेंट स्टार्ट होया एंड मेडिसिन, आई एम अ मेडिकल स्पेशलिस्ट ओवर हियर। हाँ जी, और एक साइकेट्रिस्ट है साढ़े ओवर, और आने वाले समय से नाल नाल सारे स्पेशलिस्ट ही मतलब एम्पैनल करके नाल सारे डिपार्टमेंट स्टार्ट होंगे। ओके, थैंक यू सो मच। सो तुसी वेख सकते हो कि डॉक्टर्स भी जेड़े ने उन्हां दे विच भी एक कह लो उत्साह है इस टीम का एक मैंबर बन के। सो तमाम टीम मैंबर जेड़े मौजूद ने, तमाम डॉक्टर्स भी मौजूद ने, और एक बार फिर साढ़े नाल सुखविंदर पिंदरा जी। सो हाँ जी सर, बहुत वधिया उपराला पूरी टीम वालों किया गया। होर लोगों को की मैसेज है लुधियाने के, खास करके जेड़े लोग ने उन्होंने की मैसेज है जेड़े वैसे तुसी पहले ही कहा कि असी नहीं चाहते कि कोई बीमार हो, पर जेकर कोई बीमारी तुहाडे परिवार दे विच जां फैमिली मैंबर दे विच चलती है तो इत्थे आके वो इलाज करवा। सो लोगों के लिए होर की मैसेज है? देखो लोगों को यही मैसेज है कि जेड़ी अज संस्था ने इन्ना बड़ा उपराला किया है, इन्हों व् तो वह लाभ ए लाभ लैन। इतने सब OPDs के टाइमिंग्स है, वो उस टाइमिंग्स के आन और बड़ा अफोर्डेबल इलाज है। और जिमें तुसी देखो कि इन्ने माहिर डॉक्टर है, इनिया हाईटेक मशीनस है, मैं कहना उस चीज़ का फायदा लिया जाए सगों और लोगों को सुख हो। बल्कि कहते ना ये तो एक साड़ी एक सर्विस मनी जानी है टू द ह्यूमैनिटी, तो असी रब दे अगे भी असी यही इनू अरदास करते हैं कि बाबा किसी को ना पहुँचे, पर जिहड़ा भी लोड़मंद आए उन्होंने एक इतने आके प्रॉपर इलाज मिले। और एक यही मैसेज एक आ भी देना चाहते मेरे नाल लाली जी है। लाली जी की मैसेज है तुहाडा? लाली जी की कहना चाहोगे? देखो साडी सारे शहर वासियों नूं अपील है भी वध तो वध इस चीज़ का वाधा लवो, आके ये थोड़े लिए सेवा चल रही। जदों तक यहो जे भरा नाल लग के कर रहे हैं मेरे हिसाब नाल मैनूं नहीं लगता इलाज कोई कमी आएगी किसी भी तरह। समा देने लिए बहुत बहुत शुक्रिया। सो इस साढ़े नाल सुखविंदर सिंह बिंद्रा और उन्होंने नाल लाली जी जिन्होंने जानकारी दी कि मेन मोटिव है इस हॉस्पिटल नूं ओपन करन दा। पूरी मैनेजमेंट वालों एक डिसीजन लिता गया सी लोगों के लिए बेहतर इलाज, बेहतर मशीनरी के जरिए चैकअप होवे और लोगों नूं बेहतर इलाज दिता जाए, क्योंकि कोई शख्स नहीं चाहता कि उहदी सेहत जिहड़ी है ढिली रहे। सो सारे शहर वासियों नूं बेनती है कि तुसी भी आओ और इस ऑपरचुनिटी का लाहा लो और आके अपना इलाज जिहड़ा घट रेट ते करवाओ, वधिया मशीनरी दे नाल करवाओ। कैमरामैन सतवंत मठाड़ू दे नाल अमन सिंह, लुधियाना टाइम्स।